ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ, ਨਵੀਂ ਸਮੱਸਿਆ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਸ਼ਹੀਦ ਆਜ਼ਮ ਭਗਤ ਸਿੰਘ ਦੀ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ। ਭਗਤ ਸਿੰਘ ਦੀ ਜਦੋਂ ਗੱਲ ਆਉਂਦੀ ਹੈ ਤਾਂ ਇੱਕ ਜੋਸ਼ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਆ ਜਾਂਦਾ, ਇੱਕ ਜਨੂੰਨ ਆ ਜਾਂਦਾ, ਕਿਉਂਕਿ ਛੋਟੀ ਉਮਰੇ ਲਾੜੀ ਮੌਤ ਨੂੰ ਵਿਆਹਣ ਵਾਲਾ ਸ਼ਹੀਦ ਭਗਤ ਸਿੰਘ 23 ਮਾਰਚ 1931 ਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀਗੀ। ਹਾਲਾਂਕਿ ਫਾਂਸੀ ਦੀ ਜਿਹੜੀ ਪਹਿਲੀ ਤਰੀਕ ਸੀਗੀ ਉਹਨੂੰ ਬਦਲ ਕੇ 23 ਮਾਰਚ ਨੂੰ ਪਹਿਲਾਂ ਹੀ ਜਿਹੜੀ ਆ ਫਾਂਸੀ ਜਿਹੜੀ ਹੈ ਉਹ ਐਲਾਨ ਦਿੱਤੀ ਗਈ ਕਿ 23 ਮਾਰਚ ਨੂੰ ਹੀ ਜਿਹੜੀ ਆ ਭਗਤ ਸਿੰਘ ਨੂੰ ਫਾਂਸੀ ਜਿਹੜੀ ਦੇ ਦਿੱਤੀ ਜਾਵੇਗੀ, ਤਾਂ ਜੋ ਉਹਦੇ ਪਰਿਵਾਰ ਵਾਲੇ ਵੀ ਅੰਤਲੇ ਸਮੇਂ ਦੇ ਵਿੱਚ ਨਾ ਮਿਲ ਸਕਣ, ਜਦਕਿ ਆਖਰੀ ਦਿਨ ਫਾਂਸੀ ਤੋਂ ਪਹਿਲਾਂ ਦਾ ਪਰਿਵਾਰ ਦਾ ਮਿਲਣ ਦਾ ਹੁੰਦਾ। ਪਰ ਬਾਵਜੂਦ ਇਸ ਦੇ ਜਿਹੜਾ ਹੈ ਸ਼ਹੀਦ ਭਗਤ ਸਿੰਘ ਹੋਰਾਂ ਨੂੰ 23 ਮਾਰਚ ਨੂੰ ਫਾਂਸੀ ਦੇ ਦਿੱਤੀ ਗਈ। ਛੋਟੀ ਉਮਰੇ ਜਿਹੜੀ ਆ ਉਹ ਦੇਸ਼ ਦੇ ਲਈ ਵਾਰ ਦਿੱਤੀ ਆਪਣੀ ਜਾਨ, ਪਰ ਆਖਿਰਕਾਰ ਅੱਜ ਇੰਨੇ ਸਾਲਾਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ, ਕੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਦੇਸ਼ ਅੱਜ ਅਸੀਂ ਸਿਰਜ ਸਕੇ ਹਾਂ? ਨੌਜਵਾਨਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਆਖਿਰਕਾਰ, ਕਿਉਂਕਿ ਜਦੋਂ ਗੱਲ ਸ਼ਹੀਦ ਭਗਤ ਸਿੰਘ ਦੀ ਆਉਂਦੀ ਹੈ ਤਾਂ ਗੱਲ ਨੌਜਵਾਨਾਂ ਦੇ ਨਾਲ ਜੁੜਦੀ ਹੈ, ਕਿਉਂਕਿ ਚੜ੍ਹਦੀ ਜਵਾਨੀ ਦੇ ਵਿੱਚ ਹੀ ਜਿਹੜਾ ਸ਼ਹੀਦ ਭਗਤ ਸਿੰਘ ਨੇ ਲਾੜੀ ਮੌਤ ਵਿਆਹੀ ਸੀ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਸ਼ਹੀਦ ਭਗਤ ਸਿੰਘ ਨੇ ਜੋ ਸੁਪਨਾ ਦੇਖਿਆ ਸੀ ਜਿਸ ਤਰ੍ਹਾਂ ਦੇ ਪੰਜਾਬ ਦਾ, ਅੱਜ ਉਹ ਕਿੱਥੇ ਖੜਾ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਭੁਪਿੰਦਰ ਜੀ। ਗੁਰਵਿੰਦਰ, ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਆਉਂਦੀ ਹੈ ਤਾਂ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਤਸਵੀਰ ਕਿਹੜੀ ਬਣਦੀ? ਕ੍ਰਾਂਤੀਕਾਰੀ ਨੌਜਵਾਨ ਦੀ ਤਸਵੀਰ ਬਣਦੀ ਹੈ ਜੀ। ਉਹ ਜਿਹੜੀ ਕ੍ਰਾਂਤੀ ਲਿਆਉਣਾ ਚਾਹੁੰਦੇ ਸੀ ਉਹ ਆਈ ਹੈ? ਨਹੀਂ ਜੀ, ਉਹ ਕ੍ਰਾਂਤੀ ਨਹੀਂ ਆਈ। ਅੱਜ ਕੱਲ੍ਹ ਦੇ ਨੌਜਵਾਨ ਜਿਉਂਦੇ ਜੀ ਭਗਤ ਸਿੰਘ ਬਣਨਾ ਚਾਹੁੰਦੇ ਹੈਗੇ ਆ, ਪਰ ਭਗਤ ਸਿੰਘ ਤਾਂ ਸ਼ਹੀਦੀ ਦੇ ਕੇ ਬਣਿਆ ਜਾ ਸਕਦਾ। ਕੀ ਲੱਗਦਾ ਕਿ ਜਿਸ ਤਰ੍ਹਾਂ ਦਾ ਸੁਪਨਾ ਦੇਖਿਆ ਸੀ ਭਗਤ ਸਿੰਘ ਨੇ, ਉਹਦੀ ਜਿਹੜੀ ਜਾਨ ਉਹਨੇ ਗਵਾ ਦਿੱਤੀ ਉਹ ਵਿਅਰਥ ਗਈ? ਹਾਂਜੀ, ਕੁਛ ਹੱਦ ਤੱਕ ਅਸੀਂ ਮੰਨ ਸਕਦੇ ਹਾਂ ਵੀ ਉਸ ਦੀ ਜਾਨ ਵਿਅਰਥ ਹੀ ਗਈ, ਕਿਉਂਕਿ ਜਿਸ ਸੁਪਨੇ ਨੂੰ ਉਹ ਸਾਕਾਰ ਕਰਨਾ ਚਾਹੁੰਦਾ ਸੀ ਉਹ ਹੋਇਆ ਨਹੀਂ ਗਾ ਜੀ। ਆਜ਼ਾਦੀ ਦੇ 60 ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲੀਆਂ ਜੀ, ਇਸ ਕਰਕੇ ਵੀ ਉਹਦੀ ਸ਼ਹੀਦੀ ਨੂੰ ਅਸੀਂ ਵੀ ਹਜੇ ਨਹੀਂ ਪੂਰਾ ਨਹੀਂ ਮਾਣ ਨਹੀਂ ਰਹੇ। ਨੌਜਵਾਨੋ, ਅੱਜ ਦੇ ਨੌਜਵਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹੀਦ ਭਗਤ ਸਿੰਘ ਦੀਆਂ ਸਿੱਖਿਆਵਾਂ ਤੋਂ ਕਿੰਨਾ ਕੁ ਪਰੇ ਹੋ ਗਿਆ ਇਹ ਨੌਜਵਾਨ? ਸ਼ਹੀਦ ਭਗਤ ਸਿੰਘ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ 'ਤੇ ਚੱਲਣ ਦਾ ਨੌਜਵਾਨ ਯਤਨ ਤਾਂ ਕਰਦਾ ਹੈਗਾ, ਪਰ ਬੇਰੁਜ਼ਗਾਰੀ ਅਤੇ ਜਿਹੜੀ ਮੰਦਹਾਲੀ ਦੇਸ਼ ਦੇ ਵਿੱਚ ਛਾਈ ਹੋਈ ਆ, ਉਸ ਕਰਕੇ ਉਹ ਇਹਨਾਂ ਮੁੱਦਿਆਂ 'ਤੇ ਜਿਹੜੇ ਸਮਾਜਿਕ ਮੁੱਦੇ ਹੈਗੇ ਆ ਉਹਨਾਂ 'ਤੇ ਖੁੱਲ੍ਹ ਕੇ ਅੱਗੇ ਨਹੀਂ ਆ ਸਕਦਾ ਗਾ। ਜੇ ਉਹ ਅੱਗੇ ਆਊਗਾ ਵੀ ਤਾਂ ਅਥਾਰਟੀ ਕੋਲ ਇੰਨੀ ਪਾਵਰ ਹੁੰਦੀ ਹੈਗੀ ਆ ਵੀ ਉਹਨੂੰ ਕੈਪਚਰ ਕਰ ਲੈਂਦੀ ਹੈਗੀ ਆ। ਦੇਖੋ ਜੀ, ਉਹ ਲੇਖਾ ਜੋਖਾ ਤਾਂ ਸ਼ਾਇਦ ਮੇਰੇ ਖਿਆਲ ਨਾਲ ਸਰਕਾਰਾਂ ਹੋਰ ਆਉਣ ਵਾਲੇ 100 ਸਾਲ ਤੱਕ ਵੀ ਜੇ ਐਫਰਟ ਕਰਦੀਆਂ ਰਹਿਣ ਤਾਂ ਕਦੇ ਨਹੀਂ ਹੋ ਸਕਦਾ। ਔਰ ਖਾਸ ਕਰ ਜਿਸ ਤਰ੍ਹਾਂ ਹੁਣ ਆਪਾਂ ਦੇਖੋ 23 ਮਾਰਚ ਆਪਾਂ ਫਾਂਸੀ ਸੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਉਹ ਵਾਲਾ ਦਿਨ ਮਨਾ ਲਿਆ ਜਾਂ ਉਹਨਾਂ ਦਾ ਜਨਮ ਦਿਨ ਮਨਾ ਲਿਆ, ਇਹਨਾਂ ਦਿਨਾਂ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਕਦੇ ਰਹਿੰਦੀ ਦੁਨੀਆ ਤੱਕ ਵੀ ਨਹੀਂ ਪੂਰਾ ਹੋ ਸਕਦਾ ਗਾ। ਤਾਂ ਉਹ ਲੇਖਾ ਜੋਖਾ ਪੂਰਾ ਕਰਨ ਲਈ ਤਾਂ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਦੇ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ, ਇੱਥੋਂ ਦੇ ਜਿਹੜੇ ਸਿਸਟਮ ਹੈ, ਲੀਡਰ ਨੇ, ਹਰ ਬੰਦਾ ਜਾਂ ਕਹਿ ਲਓ ਸਟੂਡੈਂਟ ਵਰਗ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੰਦਾ ਇੱਕ ਤਰੀਕੇ ਨਾਲ ਦੇਸ਼ ਦੇ ਵਿੱਚ ਆਪਦਾ ਕੋਈ ਨਾ ਕੋਈ ਰੋਲ ਨਿਭਾ ਰਿਹਾ, ਉਹਨਾਂ ਨੂੰ ਲੋੜ ਹੈ ਕਿ ਐਫਰਟ ਕਰਨ ਥੋੜ੍ਹੇ ਬਹੁਤੇ, ਤਾਂ ਹੀ ਉਹਨਾਂ ਦੀਆਂ ਜੋ ਸ਼ਹੀਦੀਆਂ ਨੇ ਉਹਨਾਂ ਦੀ ਕੋਈ ਨਾ ਕੋਈ ਉਹਨਾਂ ਦਾ ਮੁੱਲ ਪੈ ਸਕਦਾ। ਦੇਸ਼ ਦੇ ਹਾਲਾਤ ਬਦਲਣਗੇ, ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਵੀ ਯੂਥ ਦਾ ਮੁੰਡਾ ਜਾਂ ਕਹਿ ਲਓ ਕੋਈ ਵੀ ਨੌਜਵਾਨ ਹੈ, ਚਾਹੇ ਉਹ ਕੁੜੀ ਹੈ ਚਾਹੇ ਮੁੰਡਾ, ਉਹ ਉਹਨਾਂ ਚੀਜ਼ਾਂ 'ਤੇ ਜਾਣ ਨੂੰ ਰਾਜ਼ੀ ਨਹੀਂ ਗਾ ਜਾਂ ਜਾ ਕੇ ਹਜੇ ਖੁਸ਼ ਨਹੀਂ। ਕਾਰਨ ਇਹ ਹੈ ਕਿ ਬੇਰੁਜ਼ਗਾਰੀ, ਉਹਨਾਂ ਦੇ ਘਰ ਦੇ ਹਾਲਾਤ ਇਹੋ ਜਿਹੇ ਨੇ ਕਿ ਉਹਨਾਂ ਟਾਈਮਾਂ ਦੇ ਵਿੱਚ ਤਾਂ ਚਲੋ ਠੀਕ ਹੈ ਕਿ ਸਾਰੇ ਪਾਸੇ ਉਹ ਲਹਿਰ ਚੱਲੀ ਹੋਈ ਸੀ ਭਗਤ ਸਿੰਘ, ਮੇਰੇ ਖਿਆਲ ਦੇ ਵਿੱਚ ਜੇ ਭਗਤ ਸਿੰਘ ਅੱਜ ਦੇ ਦਿਨਾਂ ਦੇ ਵਿੱਚ ਇਹਨਾਂ ਟਾਈਮਾਂ ਦੇ ਵਿੱਚ ਜੰਮਦਾ ਤਾਂ ਭਗਤ ਸਿੰਘ ਵੀ ਸ਼ਾਇਦ ਇਹਨਾਂ ਚੀਜ਼ਾਂ ਦੇ ਵਿੱਚ ਨਾ ਹੀ ਪੈਂਦਾ। ਉਹਨੂੰ ਵੀ ਡਰ ਹੁੰਦਾ ਕਿ ਕਦੇ ਪੁਲਿਸ ਮੇਰੇ ਘਰਦਿਆਂ ਨੂੰ ਚੱਕ ਕੇ ਅੰਦਰ ਨਾ ਦੇ ਦੇਵੇ, ਕਦੇ ਮੇਰੇ ਪੇਰੈਂਟਸ ਨਾਲ ਧੱਕਾ ਨਾ ਕਰੇ, ਜਾਂ ਮੈਂ ਰੁੱਲ ਜੂੰਗਾ, ਮੈਨੂੰ ਅੱਗੇ ਆਉਣ ਵਾਲੇ ਟਾਈਮ 'ਚ ਕਦੇ ਜੌਬ ਨਹੀਂ ਮਿਲਣੀ, ਜਾਂ ਮੇਰੇ ਘਰ ਦੇ ਹਾਲਾਤ ਕਿੱਦਾਂ ਦੇ ਹੋਣਗੇ। ਕੀ ਨਾਮ ਹੈ? ਸਿਮਰਨਜੀਤ। ਸਿਮਰਨਜੀਤ, ਸ਼ਹੀਦ ਭਗਤ ਸਿੰਘ ਨੇ ਜਿਸ ਪੰਜਾਬ ਦਾ ਸੁਪਨਾ ਦੇਖਿਆ ਸੀ, ਅੱਜ ਉਹ ਪੰਜਾਬ ਕਿੱਥੇ ਖੜਾ ਹੈ? ਉਹ ਪੰਜਾਬ ਕਿਧਰੇ ਨਹੀਂ ਪਹੁੰਚਿਆ, ਉਹ ਉੱਧਰ ਹੀ ਰਹਿ ਗਿਆ। ਭਗਤ ਸਿੰਘ ਨੇ ਕਿਹਾ ਸੀ ਗੋਰੇ ਅੰਗਰੇਜ਼ ਜਾਊਂਗੇ, ਕਾਲਿਆਂ ਨੇ ਆ ਜਾਣਾ, ਉਹੀ ਹੋ ਰਿਹਾ। ਸਰਕਾਰਾਂ ਆ ਰਹੀਆਂ, ਉਹ ਆਪਣਾ ਰਾਜ ਚਲਾ ਰਹੀਆਂ। ਆਪਾਂ ਜੇ ਦੇਖੀਏ ਕਿ ਵੀ ਕਿਸੇ ਵੀ ਪਾਰਟੀ ਲੈ ਲਓ, ਉਹ ਸਿਰਫ ਆਪਣਾ ਪਰਿਵਾਰ ਅੱਗੇ ਕਰਨਾ ਚਾਹੁੰਦੀ ਹੈ। ਸਟੇਟ 'ਚ ਲੀਡਰਸ਼ਿਪ ਦੀ ਇੰਨੀ ਕਮੀ ਹੈ, 150 ਕਰੋੜ ਪਾਪੂਲੇਸ਼ਨ ਹੋ ਜਾਣੀ ਹੈ ਥੋੜ੍ਹੇ ਸਾਲਾਂ ਤੱਕ, ਇੱਕ ਵੀ ਲੀਡਰ ਨਹੀਂ ਹੈਗਾ ਸਾਡੇ ਕੋਲ। ਅਤੇ ਆਪਾਂ ਜੇ ਸੋਚੀਏ ਕਿ ਭਗਤ ਸਿੰਘ ਜੇ ਹੁਣ ਹੁੰਦਾ, ਅਤੇ ਹੁਣ ਤਾਂ ਕੋਈ ਭਗਤ ਸਿੰਘ ਹੈ ਹੀ ਨਹੀਂ ਸਕਦਾ, ਜਵਾਨੀ ਨਸ਼ਿਆਂ 'ਚ ਰੋਲ ਰਹੇ ਹਾਂ। ਜਿਹੜਾ ਹੁਣ
ਜੇ ਆਪਾਂ ਦੇਖ ਲਈਏ ਹਰ ਪਿੰਡ 'ਚ ਨਸ਼ੇੜੀ ਜ਼ਿਆਦਾ ਹੈ। ਕੰਟਰੀ ਲਈ ਤਾਂ ਕੋਈ ਕੁਛ ਕਰਨਾ ਹੀ ਨਹੀਂ ਚਾਹੁੰਦਾ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀਗਾ ਕਿ ਗੋਰਿਆਂ ਤੋਂ ਆਜ਼ਾਦੀ ਜਿਹੜੀ ਮਿਲ ਜਾਏਗੀ, ਉਹ ਗੋਰਿਆਂ ਤੋਂ ਮਿਲ ਗਈ, ਪਰ ਜਿਹੜੇ ਕਾਲਿਆਂ ਤੋਂ ਹੁਣ ਜਿਹੜਾ ਅਸੀਂ ਉਹਨਾਂ ਦੇ ਜੰਜਾਲ ਦੇ ਵਿੱਚ ਬੱਜ ਗਏ, ਉਹ ਤੋਂ ਆਜ਼ਾਦੀ ਕੌਣ ਦਵਾਏਗਾ? ਉਹ ਦੇਖੋ, ਇੱਕ ਲੀਡਰਸ਼ਿਪ ਤਾਂ ਚਾਹੀਦੀ ਹੈ ਸਾਡੇ ਦੇਸ਼ 'ਚ। ਉਹ ਲੀਡਰਸ਼ਿਪ ਹੁਣ ਹਰ ਕੋਈ, ਜੇ ਕੋਈ ਨਵਾਂ ਲੀਡਰ ਆਪਾਂ ਨਾਮ ਲੈ ਵੀ ਲਈਏ, ਕੋਈ ਯੰਗ ਆ ਰਿਹਾ, ਕੋਈ ਕੁਛ ਹੋ ਵੀ ਰਿਹਾ, ਲੀਡਰਸ਼ਿਪ ਆ ਵੀ ਰਹੀ ਹੈ, ਉਹ ਉਸ ਲੈਵਲ ਦੇ ਹੈ ਹੀ ਨਹੀਂ ਕਿ ਵੀ ਭਗਤ ਸਿੰਘ ਦੀ ਬਰਾਬਰੀ ਕਰ ਸਕੀਏ। ਕੀ ਨਾਮ ਹੈ? ਨਿਲੇਸ਼। ਨਿਲੇਸ਼, ਸ਼ਹੀਦ ਭਗਤ ਸਿੰਘ ਨੇ ਨੌਜਵਾਨ ਹੋਣ ਦੇ ਬਾਵਜੂਦ ਜਿਹੜਾ ਕਦਮ ਚੱਕਿਆ, ਉਹ ਜੋ ਕਦਮ ਉਸ ਵੇਲੇ ਚੱਕਿਆ ਗਿਆ, ਕਿ ਅੱਜ ਕੱਲ੍ਹ ਦੇ ਨੌਜਵਾਨ ਉਹ ਕਦਮ ਚੱਕ ਸਕਦੇ ਨੇ? ਮੇਰੇ ਹਿਸਾਬ ਨਾਲ ਤਾਂ ਨਹੀਂ ਚੱਕ ਸਕਦੇ, ਕਿਉਂਕਿ ਦੇਖਿਆ ਜਾਏ ਤਾਂ ਉਸ ਵੇਲੇ ਅਤੇ ਹੁਣ ਦੇ ਵੇਲੇ 'ਚ ਬਹੁਤ ਫਰਕ ਪੈ ਚੁੱਕਿਆ। ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਜੇ ਹੁਣ ਭਗਤ ਸਿੰਘ ਦਾ ਜਨਮ ਹੁੰਦਾ ਤਾਂ ਹੋ ਸਕਦਾ ਕਿ ਉਹ ਇਹ ਚੀਜ਼ ਨਾ ਕਰਦਾ। ਹੁਣ ਮੇਰਾ ਮੰਨਣਾ ਤਾਂ ਇਹੀ ਹੈ ਕਿ ਦੇਖਿਆ ਜਾਏ ਕਿ ਹੁਣ ਸਾਡੇ ਫਰੀਡਮ ਫਾਈਟਰਸ ਨੇ ਜਿਹੜੇ ਭਗਤ ਸਿੰਘ ਨੇ ਸਾਡੇ ਲਈ ਜਾਨ ਦਿੱਤੀ ਹੈ, ਅਤੇ ਜੇ ਹੁਣ ਅਤੇ ਹੁਣ ਇਹ ਸਿਚੁਏਸ਼ਨ ਆ ਚੁੱਕੀ ਹੈ ਕਿ ਮਤਲਬ ਇੱਕ ਤਰ੍ਹਾਂ ਤੋਂ ਉਹਨਾਂ ਆਪਣੀ ਕੁਰਬਾਨੀ ਵੇਸਟ ਹੀ ਕੀਤੀ ਹੈ ਸਾਡੇ ਲਈ, ਕਿ ਹੁਣ ਬਹੁਤ ਲੇਟ ਹੋ ਚੁੱਕਿਆ ਕਿ ਸਾਨੂੰ ਬਚਾਇਆ ਜਾਏ। ਇਹ ਲੱਗਦਾ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਜਿਸ ਤਰੀਕੇ ਦਾ ਦੇਸ਼ ਬਣਿਆ ਹੋਇਆ, ਉਹਦੇ ਵਾਸਤੇ ਇੰਨੀ ਵੱਡੀ ਕੁਰਬਾਨੀ ਵਿਅਰਥ ਗਈ ਹੈ ਇੱਕ ਤਰ੍ਹਾਂ ਤੋਂ? ਹਾਂ, ਬਿਕੋਜ਼ ਇਟਸ ਕੁਆਇਟ ਟੂ ਲੇਟ ਟੂ ਸੇਵ ਅਸ। ਅਤੇ ਹੁਣ ਇਹੀ ਹੈ ਕਿ ਮਤਲਬ ਅੱਜ ਦਾ ਯੂਥ ਤਾਂ ਮਤਲਬ ਬਸ ਬੋਲਦਾ ਹੀ ਹੈ, ਕੁਛ ਕਰਦਾ ਤਾਂ ਹੈ ਨਹੀਂ। ਬਹੁਤ ਬਹੁਤ ਸ਼ੁਕਰੀਆ। ਸੋ ਪੰਜਾਬ ਦੇ ਨੌਜਵਾਨਾਂ ਨਾਲ ਗੱਲਬਾਤ ਸੀ। ਉਹ ਨੌਜਵਾਨ ਜਿਹੜੇ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਸ਼ਹੀਦ ਭਗਤ ਸਿੰਘ ਦੇ ਰਾਹ 'ਤੇ ਚੱਲਣਾ ਨਹੀਂ ਚਾਹੁੰਦੇ, ਪਰ ਇਹ ਸਾਫ਼ ਸਾਫ਼ ਇਹਨਾਂ ਨੇ ਕਰ ਦਿੱਤਾ ਕਿ ਜੇਕਰ ਉਸ ਰਾਹ 'ਤੇ ਨਹੀਂ ਚੱਲਣਾ ਤਾਂ ਉਹਦੇ ਲਈ ਸਿੱਧੇ ਸਿੱਧੇ ਤੌਰ 'ਤੇ ਸਰਕਾਰਾਂ, ਸਾਡਾ ਸਿਸਟਮ ਜ਼ਿੰਮੇਵਾਰ ਹੈ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ? ਜਸਵਿੰਦਰ ਸਿੰਘ। ਜਸਵਿੰਦਰ, ਜਦੋਂ ਸ਼ਹੀਦ ਭਗਤ ਸਿੰਘ ਦਾ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਤਸਵੀਰ ਕਿਹੜੀ ਬਣਦੀ ਹੈ ਦਿਮਾਗ ਦੇ ਵਿੱਚ? ਤਸਵੀਰ ਤਾਂ ਇਹ ਲਗਾ ਲਓ ਕਿ ਨੌਜਵਾਨਾਂ ਨੂੰ ਜੋ ਪਹਿਲੇ ਸੋਚ ਸੀਗੀ ਉਹਨਾਂ ਦੀ, ਕਿ ਇੱਕ ਚੰਗਾ ਪੰਜਾਬ ਸਿਰਜਣਾ ਹੈ, ਨਸ਼ਿਆਂ ਤੋਂ ਮੁਕਤ ਕਰਨਾ ਹੈ, ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣਾ ਹੈ, ਅਤੇ ਇੱਕ ਚੰਗੀ ਸੋਚ ਲੈ ਕੇ ਆਉਣੀ ਹੈ ਪੰਜਾਬ 'ਚ। ਇੱਕ ਉਹ ਟਾਈਮ ਸੀਗਾ, ਉਹ ਨੌਜਵਾਨ ਸੀਗਾ ਜਦੋਂ ਹਜੇ ਚੜ੍ਹਦੀ ਜਵਾਨੀ ਦੇ ਵਿੱਚ ਦੇਸ਼ ਦੇ ਲਈ ਸਾਰਾ ਕੁਝ ਲੇਖੇ ਲਾ ਦਿੱਤਾ, ਗੋਲੀ ਤੱਕ ਚਲਾ ਦਿੱਤੀ, ਕਹਿੰਦੇ ਤਸ਼ੱਦਦ ਹਰ ਕੋਈ ਸਹਾਰ ਲਿੱਤੀ, ਪਰ ਕੀ ਲੱਗਦਾ ਕਿ ਜਿਹੜੀ ਕੁਰਬਾਨੀ ਸ਼ਹੀਦ ਭਗਤ ਸਿੰਘ ਨੇ ਦਿੱਤੀ ਉਹਦਾ ਮੁੱਲ ਪਿਆ ਹੈ? ਮੁੱਲ ਐਕਚੁਅਲੀ ਇੱਦਾਂ ਹੈ ਕਿ ਕੁਝ ਉਸ ਟਾਈਮ ਜੋ ਲੋੜਾਂ ਸੀਗੀਆਂ, ਜੋ ਨੀਡ ਸੀ, ਉਹ ਕੁਝ ਹੋਰ ਸੀ, ਅਤੇ ਹੁਣ ਇਨਵਾਇਰਮੈਂਟ ਕਾਫੀ ਚੇਂਜ ਹੋ ਗਿਆ, ਅਤੇ ਉਸ ਦੇ ਅਕੋਰਡਿੰਗ ਹੁਣ ਚੇਂਜ ਵੀ ਹੋ ਗਿਆ, ਕਾਫੀ ਕੁਝ ਥਿੰਕਿੰਗ ਚੇਂਜ ਹੋ ਗਈ, ਸਟੱਡੀਜ਼ ਕਿਸੇ ਵੀ ਹਰ ਤਰ੍ਹਾਂ ਨਾਲ ਚੇਂਜ ਹੋ ਗਿਆ, ਅਤੇ ਜੋ ਉਸ ਟਾਈਮ ਉਹ ਜ਼ਰੂਰਤਾਂ ਸੀਗੀਆਂ ਜਿਨ੍ਹਾਂ ਪਿੱਛੇ ਉਹ ਲੜੇ ਹੈ, ਅਤੇ ਉਸ ਟਾਈਮ ਕੁਝ ਜ਼ਰੂਰਤਾਂ ਹੋਰ ਸੀਗੀਆਂ, ਮਤਲਬ ਠੀਕ ਹੈ ਸਭ ਕੁਝ ਪਹਿਲਾਂ ਵਰਗਾ ਹੀ ਹੈ, ਬਟ ਥੋੜ੍ਹਾ ਕਹਿੰਦੇ ਕਿ ਨਸ਼ਾ ਵੱਧ ਗਿਆ, ਇਹ ਹੋ ਗਿਆ, ਬਟ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਜਿੱਥੇ ਜਿਸ ਰਾਹੀਂ ਚੱਲਣਾ ਹੈ ਉਹਨਾਂ ਤੋਂ ਉਸ ਰਾਹੀਂ, ਜਿਹੜੇ ਸਹੀ ਹੈ ਉਹ ਹੁਣ ਵੀ ਸਹੀ ਚੱਲ ਰਹੇ ਹੈ। ਅੱਜ ਦਾ ਨੌਜਵਾਨ ਸ਼ਹੀਦ ਭਗਤ ਸਿੰਘ ਕਿਉਂ ਨਹੀਂ ਬਣਨਾ ਚਾਹੁੰਦਾ? ਐਕਚੁਅਲੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹਨਾਂ ਨਾਲ ਕੰਪੇਅਰ ਕਰਨਾ ਚਾਹੀਦਾ ਸਾਨੂੰ, ਇੱਦਾਂ ਕਰਕੇ ਕਿ ਬਣਨਾ ਨਹੀਂ ਚਾਹੁੰਦਾ, ਕਿਉਂਕਿ ਕੁਛ ਵੀ ਜਦੋਂ ਕੋਈ ਬਣਦਾ ਹੈ ਨਾ, ਕੋਈ ਉਹ ਟਾਈਮ ਦੇ ਅਕੋਰਡਿੰਗ ਬਣਦਾ, ਕੁਝ ਜ਼ਰੂਰਤ ਹੁੰਦੀ ਹੈ ਉਸ ਟਾਈਮ ਜਿਸ ਨੂੰ ਉਹ ਲੈ ਕੇ ਕੁਝ ਬੰਦਾ ਕੁਝ ਡਿਫਰੈਂਟ ਚੱਲਦਾ, ਅਗਰ ਉਹ ਦੁਬਾਰੇ ਫਿਰ ਉੱਦਾਂ ਦੀਆਂ ਜ਼ਰੂਰਤਾਂ ਪੈਣਗੀਆਂ, ਮਤਲਬ ਇੱਦਾਂ ਦੀ ਕੁਝ ਇਨਵਾਇਰਮੈਂਟ ਹੋਏਗਾ, ਮੈਨੂੰ ਨਹੀਂ ਲੱਗਦਾ ਕਿ ਜੇਕਰ ਲੋੜ ਪਈ ਤਾਂ ਫਿਰ ਦੁਬਾਰਾ ਉੱਦਾਂ ਦਾ ਮਾਹੌਲ ਬਣੇਗਾ। ਜ਼ਰੂਰ 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 ਬਣੇਗਾ। ਅੱਜ ਦੇ ਨੌਜਵਾਨ 'ਚ ਵੀ ਉਹ ਜਜ਼ਬਾ ਹੈ? ਜਜ਼ਬਾ ਹੈਗਾ ਹੈ ਜੀ, ਬਟ ਇਹ ਕਿ ਇਨਵਾਇਰਮੈਂਟ ਕੁਛ ਅਲੱਗ ਹੈ। ਹਾਂ ਅਤੇ ਅੱਜ ਦੇ ਜਿਹੜੇ ਮੈਨੂੰ ਲੱਗਦਾ ਕਿ ਨੌਜਵਾਨ ਪੀੜ੍ਹੀ ਉਹ ਅੱਗੇ ਕਿਸੇ ਹੋਰ ਮਤਲਬ ਕਿ ਸਕਸੈਸ ਲਈ, ਕੰਮਾਂ ਲਈ, ਇਨਕਮ ਜੋ ਵੀ ਜਨਰੇਟ ਕਰਨ। ਹਾਂਜੀ, ਕੀ ਨਾਮ ਹੈ? ਰਣਜੀਤ ਸਿੰਘ। ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ ਨੇ ਕਿਹਾ ਸੀਗਾ ਕਿ ਗੋਰਿਆਂ ਤੋਂ ਤਾਂ ਮੈਂ ਆਜ਼ਾਦੀ ਦਵਾ ਦੇਵਾਂਗਾ, ਉਸ ਸਮੇਂ ਦੇ ਵਿੱਚ ਅੰਗਰੇਜ਼ਾਂ ਤੋਂ ਤਾਂ ਆਜ਼ਾਦੀ ਦਵਾ ਦਿੱਤੀ, ਨਜਾਤ ਦਵਾ ਦਿੱਤੀ, ਪਰ ਅੱਜ ਅਸੀਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਮੁੜ ਤੋਂ ਗੋਰਿਆਂ ਦੇ ਮੁਤਾਜ ਹੋ ਗਏ, ਕੋਈ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਵਿਦੇਸ਼ਾਂ 'ਚ ਜਾਣ ਦੀ ਜਿਹੜੀ ਹੋੜ ਲੱਗ ਗਈ ਹੈ? ਉਹੀ ਆ ਜਿੱਦਾਂ ਕਹਿੰਦੇ ਆ ਵੀ ਭੇਡ ਚਾਲ ਦੁਬਾਰਾ ਸ਼ੁਰੂ ਹੋ ਗਈ, ਠੀਕ ਆ, ਗੋਰੇ ਆਪਣੇ ਦੇਸ਼ 'ਚ ਸੀ, ਹੁਣ ਅਸੀਂ ਗੋਰਿਆਂ ਦੇ ਦੇਸ਼, ਉਹੀ ਬਸ ਪਿੱਛੇ ਭੇਡ ਚਾਲ ਵਾਲਾ ਹੀ ਕੰਮ ਆ ਸਾਰਾ, ਵੀ ਜਿਵੇਂ ਫਿਰ ਆਪਾਂ ਬਾਹਰ ਨੂੰ ਤੁਰ ਪਏ ਵੀ ਆਹ ਗੱਲ ਆ ਵੀ ਪੈਸਿਆਂ ਪਿੱਛੇ ਲਾ ਲਓ ਜਾਂ ਕੁਝ ਸਕਸੈਸ ਕਰਨ ਲਈ, ਸਕਸੈਸ ਇੱਥੇ ਵੀ ਮਿਲ ਸਕਦੀ ਆ, ਬਟ ਜੇ ਆਪਾਂ ਬਾਏ ਦਾ ਬਾਏ ਦਿਮਾਗ ਨਾਲ ਚੱਲੀਏ ਜਿਵੇਂ ਮਰਜ਼ੀ, ਠੀਕ ਆ, ਸਭ ਕੁਛ ਇੱਥੇ ਇੰਡੀਆ 'ਚ, ਕੌਣ ਕਹਿੰਦਾ ਵੀ ਹੈਗਾ ਨਹੀਂ ਕੁਛ, ਬਸ ਉਹੀ ਆ ਨਾ ਭੇਡ ਚਾਲ ਚੱਲ ਪੈਂਦੀ ਆ, ਜਿਵੇਂ ਉੱਦਾਂ ਉੱਦਾਂ ਸਭ ਤੁਰੀ ਜਾਂਦੇ ਆ। ਸ਼ਹੀਦ ਭਗਤ ਸਿੰਘ ਨੇ ਜਿਹੜੇ ਪੰਜਾਬ ਦਾ ਸੁਪਨਾ ਸਿਰਜਿਆ ਸੀ, ਕੀ ਲੱਗਦਾ ਕਿ ਅੱਜ ਉਹਦੀ ਸ਼ਹਾਦਤ ਦਾ ਮੁੱਲ ਪਿਆ ਹੈ? ਮੁੱਲ ਮੈਨੂੰ ਤਾਂ ਨਹੀਂ ਲੱਗਦਾ, ਵੈਸੇ ਹੈਗਾ ਆ ਕੁਝ ਲੋਕਾਂ 'ਚ ਹੈਗਾ ਜਜ਼ਬਾ ਅੱਜ ਵੀ, ਬਟ ਉਹੀ ਆ ਹਰ ਇੱਕ ਦੇ ਮੋਢੇ 'ਤੇ ਤੀਰ ਚਲਾਉਣ ਵਾਲਾ ਕੰਮ ਅੱਜ ਵੀ, ਬਟ ਨਹੀਂ ਯਾਰ ਅੱਜ ਵੀ ਨਹੀਂ ਲੱਗਦਾ ਹੈਗਾ ਵੀ ਉਹੀ ਚੀਜ਼ ਦੁਬਾਰੇ ਹੈਗੀ ਆ, ਨਹੀਂ ਹੈਗੀ।
ਹਰ ਕੋਈ ਜਦੋਂ ਅਸੀਂ ਦੇਖਿਆ ਕਿ ਸ਼ਹੀਦ ਭਗਤ ਸਿੰਘ ਦੀ ਗੱਲ ਆਉਂਦੀ ਹੈ ਸਟੇਜਾਂ ਦੇ ਉੱਪਰ ਜਦੋਂ ਨਾਟਕ ਹੁੰਦੇ ਨੇ ਕਿਰਦਾਰ ਤਾਂ ਹਰ ਕੋਈ ਨਿਭਾਉਣਾ ਚਾਹੁੰਦਾ ਹੈ ਹਰ ਕਿਸੇ ਦੇ ਵਿੱਚ ਅੱਗੇ ਹੁੰਦਾ ਕਿ ਮੈਂ ਸ਼ਹੀਦ ਭਗਤ ਸਿੰਘ ਬਣੂੰਗਾ ਪਰ ਸਟੇਜ ਤੋਂ ਉਤਰਦਿਆਂ ਸਾਰੀ ਉਹ ਕਿਰਦਾਰ ਕੱਪੜਿਆਂ ਦੇ ਨਾਲ ਹੀ ਉਤਰ ਕਿਉਂ ਜਾਂਦਾ ਉਹੀ ਗੱਲ ਹਨ ਬਸ ਮੋਢੇ 'ਤੇ ਤੀਰ ਚਲਾਉਣ ਵਾਲਾ ਕੰਮ ਆ ਤਾਂ ਅੱਜ ਕੱਲ੍ਹ ਤਾਂ ਕੋਈ ਕੋਈ ਵੀ ਉਹ ਜਜ਼ਬਾ ਕਿਸ ਟਾਈਮ ਸੀਗਾ ਭਗਤ ਸਿੰਘ 'ਚ ਉਹ ਜਜ਼ਬਾ ਕਿਸੇ 'ਚ ਆਉਣਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਆਉਂਗਾ ਕੋਈ ਸ਼ਹੀਦ ਭਗਤ ਸਿੰਘ ਦੇ ਵਿੱਚ ਸੀ ਉਹ ਮੁਸ਼ਕਿਲ ਹੀ ਆ ਕਿ ਉਹ ਜਜ਼ਬਾ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਆਵੇ ਕੀ ਨਾਮ ਹੈ ਸਰਬਜੀਤ ਸਿੰਘ ਸਰਬਜੀਤ ਸਿੰਘ ਇਹਨਾਂ ਨੇ ਕਿਹਾ ਕਿ ਅੱਜ ਜਜ਼ਬਾ ਆਉਣਾ ਮੁਸ਼ਕਿਲ ਹੋ ਗਿਆ ਹੈ ਜਾਪ ਨਹੀਂ ਰਿਹਾ ਕਿਤੇ ਉਹ ਜਜ਼ਬਾ ਕਿਉਂ ਮੈਮ ਬੇਸਿਕਲੀ ਅੱਜ ਕੱਲ੍ਹ ਜਿਹੜੀ ਸਟੱਡੀ ਦੇ ਪੈਟਰਨ ਹੈ ਬੱਚਿਆਂ ਦਾ ਵੀ ਉਹਨਾਂ ਨੂੰ ਆਪਣੀ ਹਿਸਟਰੀ ਤੋਂ ਵਾਂਝਾ ਰੱਖਿਆ ਜਾ ਰਿਹਾ ਮਤਲਬ ਮਾਡਰਨ ਜਿਹੜੀ ਸਟੱਡੀ ਚੱਲ ਰਹੀ ਹੈ ਉਹਦੇ ਨਾਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਲੋਕ ਇੰਪਲੋਇਮੈਂਟ ਵਾਸਤੇ ਫੋਰਨ ਜਾ ਰਹੇ ਨੇ ਆਪਣੇ ਪੰਜਾਬੀ ਬੋਲੀ ਤੋਂ ਵਾਂਝੇ ਹੋ ਰਹੇ ਨੇ ਸਾਰੇ ਜਾਣੇ ਅਤੇ ਬੇਸਿਕਲੀ ਮੇਨ ਕਾਰਨ ਇਹੀ ਹੈ ਵੀ ਜਿਹੜੇ ਐਜੂਕੇਸ਼ਨ ਜਿਹੜਾ ਹੈਗਾ ਆਪਣਾ ਪਰਪਸ ਉਹ ਦੂਰ ਲੈ ਕੇ ਜਾ ਰਹੇ ਇਸ ਚੀਜ਼ ਤੋਂ ਯਾਨੀ ਕਿ ਮੰਨਦੇ ਹੋ ਕਿ ਕਿਤੇ ਨਾ ਕਿਤੇ ਸਰਕਾਰਾਂ ਹੀ ਦੂਰ ਕਰ ਰਹੀਆਂ ਨੇ ਹਾਂਜੀ ਕਹਿ ਸਕਦੇ ਹੋ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੀ ਮਾਂ ਬੋਲੀ ਪੰਜਾਬੀ ਆਪਣੀ ਕਈ ਜਿਹੜੇ ਆਪਣੇ ਵੱਡੇ ਵੱਡੇ ਸਕੂਲਸ ਨੇ ਉਹਨਾਂ ਵਿੱਚ ਵੀ ਨਹੀਂ ਪੜ੍ਹਾਈ ਜਾ ਰਹੀ ਦੇਖ ਐਜ਼ ਅ ਫਸਟ ਲੈਂਗੁਏਜ ਜਾਂ ਸੈਕਿੰਡ ਲੈਂਗੁਏਜ ਕੁਛ ਵੀ ਨਹੀਂ ਆ ਕਈ ਸਕੂਲਾਂ 'ਚ ਇੰਗਲਿਸ਼ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਵੀ ਅੱਜ ਕੱਲ੍ਹ ਜਿਹੜੀ ਮਲਟੀਨੈਸ਼ਨਲ ਕੰਪਨੀਜ਼ ਹੈ ਵਗੈਰਾ ਵਗੈਰਾ ਡਿਫਰੈਂਟ ਕੰਪਨੀਜ਼ ਹੈ ਜਿਹੜੇ ਉਹ ਪ੍ਰੈਫਰ ਕਰਦੀ ਆ ਵੀ ਇੰਗਲਿਸ਼ 'ਚ ਜਿਹੜੇ ਬੋਲ ਸਕੇ ਉਹੀ ਉਹਨਾਂ ਨੂੰ ਜੋਬਸ ਮਿਲ ਸੋ ਦੇਖਿਆ ਜਾਵੇ ਤਾਂ ਪੰਜਾਬੀ ਨੂੰ ਦੂਰ ਹੀ ਰੱਖਿਆ ਜਾ ਰਿਹਾ ਇਸ ਚੀਜ਼ਾਂ ਤੋਂ ਜਿਹੜੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਮਾਰ ਦਿੱਤੀ ਉਹ ਅੰਗਰੇਜ਼ੀ ਫਿਰ ਤੋਂ ਹਾਵੀ ਹੋ ਰਹੀ ਹਾਂਜੀ ਹਾਂਜੀ ਹੋ ਹੀ ਰਹੀ ਜੀ ਜੇਕਰ ਗੱਲ ਸਰਕਾਰਾਂ ਦੀ ਕੀਤੀ ਜਾਵੇ ਤਾਂ ਕੀ ਲੱਗਦਾ ਕਿ ਸਿਰਫ ਖਟਖੜ ਕਲਾਂ ਜਾ ਕੇ ਉਹਨਾਂ ਦੀ ਜਨਮ ਸ਼ਤਾਬਦੀ 'ਤੇ ਜਾਂ ਫਿਰ ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ ਹਾਰ ਚੜ੍ਹਾ ਕੇ ਆਪਣਾ ਕੰਮ ਪੂਰਾ ਕਰ ਰਹੀਆਂ ਨੇ ਸਰਕਾਰ ਨਹੀਂ ਇੱਦਾਂ ਹੋ ਨਹੀਂ ਸਕਦਾ ਹੁਣ ਉਹਨਾਂ ਦੇ ਆਪਣੇ ਘਰ ਹੀ ਦੇਖ ਲਓ ਪੁਰਾਣੇ ਜਿਹੜੇ ਬਣੇ ਹੋਏ ਜੀ ਵੀ ਜਮ੍ਹਾਂ ਟੁੱਟੇ ਪਏ ਆ ਕੋਈ ਉਹਨਾਂ ਨੂੰ ਫੈਮਲੀ ਇਨਕਮ ਕੋਈ ਫਾਈਨੈਂਸ਼ੀਅਲ ਸਪੋਰਟ ਵੀ ਨਹੀਂ ਦੇ ਰਿਹਾ ਕੋਈ ਉਹਨਾਂ ਨੂੰ ਵੀ ਜਿੰਨੇ ਇਹਨੇ ਆਪਣੇ ਆਜ਼ਾਦੀ ਵਾਸਤੇ ਲੜੇ ਜਾਂ ਕੁਛ ਵੀ ਹੈ ਤਾਂ ਉਹ ਸੋ ਦੇਖਿਆ ਤਾਂ ਪੋਲੀਟੀਸ਼ੀਅਨ ਆਪਣੇ ਬਸ ਵੋਟਾਂ ਖਿੱਚਣ ਵਾਸਤੇ ਜੋ ਕਰਦੇ ਆ ਐਜ਼ ਅ ਦੇਸ਼ ਭਗਤੀ ਲਈ ਕੁਛ ਵੀ ਨਹੀਂ ਕਰ ਸਕਦੇ ਉਹ ਸੋ ਬਿਲਕੁਲ ਜੀ ਜਿਵੇਂ ਇਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਅਤੇ ਨੁਮਾਇੰਦਿਆਂ ਨੂੰ ਪਾਰਟੀਆਂ ਨੂੰ ਸਿਰਫ ਵੋਟਾਂ ਦੇ ਵੇਲੇ ਜਿਹੜਾ ਸ਼ਹੀਦ ਭਗਤ ਸਿੰਘ ਵੀ ਯਾਦ ਆ ਜਾਂਦਾ ਹੈ ਅਤੇ ਉਹਨਾਂ ਦੇ ਉਹ ਪਰਿਵਾਰ ਵੀ ਯਾਦ ਆ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਸਮਾਰਕਾਂ ਵੀ ਯਾਦ ਆ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਨਾ ਤਾਂ ਕੋਈ ਸ਼ਹੀਦ ਭਗਤ ਸਿੰਘ ਦੀ ਸਮਾਰਕਾਂ ਨੂੰ ਪੁੱਛਦਾ ਹੈ ਅਤੇ ਨਾ ਹੀ ਜਿਹੜਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੈ ਉਹ ਪੁੱਛਿਆ ਜਾਂਦਾ ਹੈ ਸੋ ਨੌਜਵਾਨਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਕਿ ਜੋ ਸੁਪਨਾ ਉਹਨਾਂ ਨੇ ਸਿਰਜਿਆ ਸੀ ਅੱਜ ਉਹਦਾ ਮੁੱਲ ਨਹੀਂ ਪਿਆ ਹੈ ਉਹ ਸ਼ਹਾਦਤ ਦਾ ਮੁੱਲ ਨਹੀਂ ਪਿਆ ਅਤੇ ਲੱਗਦਾ ਵੀ ਨਹੀਂ ਹੈ ਕਿ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਦੇ ਰਾਹ ਤੁਰ ਪਾਵੇਗਾ ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੱਲ ਕੁੜੀਆਂ ਦੇ ਨਾਲ ਕਰਾਂਗੇ ਨੌਜਵਾਨਾਂ ਦੇ ਨਾਲ ਗੱਲਬਾਤ ਕਰ ਲਈ ਮੁੰਡਿਆਂ ਦੇ ਨਾਲ ਹੁਣ ਕੁੜੀਆਂ ਨੂੰ ਪੁੱਛਾਂਗੇ ਕਿ ਆਖਿਰਕਾਰ ਇਹ ਕੀ ਸੋਚਦੀਆਂ ਨੇ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਤਰੀਕੇ ਦੇ ਪੰਜਾਬ ਦਾ ਸੁਪਨਾ ਸਿਰਜਿਆ ਸੀ ਜਿਹਦੇ ਲਈ ਸ਼ਹਾਦਤ ਦਿੱਤੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਸ ਰਾਹ 'ਤੇ ਤੁਰੀ ਹੋਈ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਦਿਲਪ੍ਰੀਤ ਕੌਰ ਦਿਲਪ੍ਰੀਤ ਜਦੋਂ ਸ਼ਹੀਦ ਭਗਤ ਸਿੰਘ ਦਾ ਨਾਮ ਆਉਂਦਾ ਹੈ ਤਾਂ ਕੀ ਦਿਮਾਗ ਦੇ ਵਿੱਚ ਆਉਂਦਾ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਦਿਮਾਗ ਵਿੱਚ ਇਹ ਆਉਂਦਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਹੈ ਨਹੀਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਹੀ ਤੁਸੀਂ ਦੇਖ ਲਓ ਕੌਣ ਕਿਸੇ ਦੇ ਪਿੱਛੇ ਕੁਛ ਵੀ ਕਰਦਾ ਹੈ ਨਾ ਉਹਨਾਂ ਦੀ ਸ਼ਹੀਦੀ ਸਭ ਤੋਂ ਮਹਿੰਗੀ ਕਹਿ ਸਕਦੇ ਹਾਂ ਆਪਾਂ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਤਾਂ ਦੇਖਿਆ ਜਾਂਦਾ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਪਹਿਰਾਵਾ ਵੀ ਉਹਨਾਂ ਵਾਂਗੂ ਕਰਦੀ ਹੈ ਜਾਂ ਮੁੱਛਾਂ ਮੁੱਛਾਂ ਰੱਖ ਲੈਂਦੀ ਆ ਹੈ ਨਾ ਪਰ ਇਕੱਲੀਆਂ ਮੁੱਛਾਂ ਜਾਂ ਕਿਸੇ ਪਹਿਰਾਵੇ ਨਾਲ ਅਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਕਿਸੇ ਦੀ ਸੋਚ ਬਦਲ ਚੁੱਕੀ ਹੈ ਬਹੁਤ ਸਾਰੀਆਂ ਮਤਲਬ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਗਲਤੀਆਂ ਕਰਦੀ ਹੈ ਪਰ ਭਗਤ ਸਿੰਘ ਨੇ ਜੋ ਸੁਪਨਾ ਦੇਖਿਆ ਸੀਗਾ ਵੀ ਪੰਜਾਬ ਨੂੰ ਸਿਰਜਣ ਦਾ ਉੱਦਾਂ ਦਾ ਮੈਨੂੰ ਨਹੀਂ ਲੱਗਦਾ 50% ਹੈ ਅਤੇ ਜ਼ਿਆਦਾ ਨਹੀਂ ਮੈਂ ਕਹੂੰਗੀ ਵੀ ਉੱਦਾਂ ਦਾ ਸੁਪਨਾ ਜਿਹੜਾ ਸਿਰਜਿਆ ਸੀ ਉਹ ਪੂਰਾ ਹੋਇਆ ਕਿਤੇ ਨਾ ਕਿਤੇ ਜੋ ਸੋਚ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹਦਾ ਮੁੱਲ ਨਹੀਂ ਪਿਆ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਕੱਲ੍ਹ ਉਹਨਾਂ ਦਾ ਫਾਂਸੀ ਦਾ ਦਿਹਾੜਾ ਜਿਹਨਾਂ ਨੂੰ ਕਹਿ ਸਕਦੇ ਹਾਂ ਅਤੇ ਉਹਨਾਂ ਨੇ ਜੋ ਸੁਪਨਾ ਸਿਰਜਿਆ ਸੀ ਉਹ ਨਹੀਂ ਪੂਰਾ ਹੋਇਆ ਹਜੇ 50% ਅਸੀਂ ਕਹਿ ਸਕਦੇ ਹਾਂ ਕਿ ਪੂਰਾ ਹੋ ਗਿਆ ਪਰ 50% ਹਜੇ ਵੀ ਨਹੀਂ ਬਾਕੀ ਹੈ ਹਾਂਜੀ ਨਹੀਂ ਕਿ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਦੀ ਰਾਹ 'ਤੇ ਚੱਲਣਾ ਚਾਹੁੰਦਾ ਹੈ ਹਾਂ ਮੈਂ ਦੱਸਿਆ ਜਿੱਦਾਂ ਵੀ 50% ਕੁਛ ਕੁ ਲੋਕ ਹੈਗੇ ਨੇ ਜਿਹੜੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਨੇ ਹਾਂਜੀ ਹਾਂਜੀ ਦਿਲੋਂ ਹਾਂਜੀ ਬਾਕੀ ਹਾਂਜੀ ਬਾਕੀ ਜਿੱਦਾਂ ਪਤਾ ਹੀ ਅੱਜ ਕੱਲ੍ਹ ਸੋਸ਼ਾ ਸ਼ੋਅ ਆਫ ਜ਼ਿਆਦਾ ਚੱਲ ਗਿਆ ਅਤੇ ਉੱਦਾਂ ਹੀ
ਨੌਜਵਾਨ ਪੀੜ੍ਹੀ ਕਰ ਰਹੀ ਹੈ। ਕੀ ਨਾਮ ਹੈ? ਪ੍ਰਭਜੋਤ ਕੌਰ। ਪ੍ਰਭਜੋਤ, ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਨੌਜਵਾਨ ਸ਼ਹੀਦ ਭਗਤ ਸਿੰਘ ਸੀ, ਉਸ ਜਵਾਨੀ ਚੜ੍ਹਦੀ ਦੇ ਵਿੱਚ ਲਾੜੀ ਮੌਤ ਨੂੰ ਵਿਆਹ ਲਿੱਤਾ, ਅੱਜ ਦਾ ਨੌਜਵਾਨ ਉੱਥੇ ਕਿੱਥੇ ਖੜ੍ਹਾ ਹੈ ਭਗਤ ਸਿੰਘ ਦੇ ਮੁਕਾਬਲੇ? 1% ਵੀ ਨਹੀਂ। ਅੱਜ ਦੇ ਟਾਈਮ 'ਚ ਇੱਕ ਮੁੰਡਾ ਆਪਣੀ ਫੈਮਿਲੀ ਲਈ ਵੀ ਉਹ ਕੁਛ ਨਹੀਂ ਕਰ ਸਕਦਾ ਜੋ ਕਿ ਉਹਨਾਂ ਨੇ ਆਪਣੇ ਦੇਸ਼ ਲਈ ਕੀਤਾ, ਆਪਣੇ ਭਾਰਤ ਲਈ ਕੀਤਾ। ਅੱਜ ਦੇ ਟਾਈਮ 'ਚ 1% ਵੀ ਕੋਈ ਵੀ ਐਫਰਟਸ ਨਹੀਂ ਕਰ ਸਕਦਾ। ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਪਰਿਵਾਰ ਦੇ ਲਈ ਵੀ ਆਪਣੇ ਜਿਹੜੇ ਅਸੀਂ ਨਹੀਂ ਕਰਦੇ, ਜੋ ਆਪਣੇ ਦੇਸ਼ ਲਈ ਕਰ ਗਏ, ਯਾਨੀ ਕਿ ਅੱਜ ਅਸੀਂ ਇੰਨੇ ਕੁ ਜ਼ਿਆਦਾ ਸੈਲਫਿਸ਼ ਹੋ ਗਏ। ਹਾਂਜੀ ਬਿਲਕੁਲ। ਅੱਜ ਦੇ ਟਾਈਮ ਸਿਰਫ ਲੁਕਸ ਮੈਟਰ ਕਰਦੀ ਹੈ, ਉਹ ਸਾਡੇ ਬਾਰੇ ਕੀ ਸੋਚਦਾ ਮਾਇੰਡ ਜਾਂ ਆਪਣੇ ਦਿਲ, ਉਹ ਕਿਸੇ ਨੂੰ ਕੁਛ ਮੈਟਰ ਨਹੀਂ ਕਰਦਾ ਕਿ ਮੈਂ ਇਹ ਕਰਨਾ ਚਾਹੀਦਾ ਸਾਨੂੰ, ਜਾਂ ਸਾਨੂੰ ਕਿਸੇ ਹੋਰ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਜਾਂ ਸਿਖਾਉਣਾ ਚਾਹੀਦਾ। ਨਹੀਂ, ਬਿਲਕੁਲ ਵੀ ਨਹੀਂ ਹੈ। ਅੱਜ ਦੇ ਟਾਈਮ ਦੇ ਵਿੱਚ ਸ਼ਹਾਦਤ ਦਿੱਤੀ ਸੀ, ਉਹਦਾ ਮੁੱਲ ਨਹੀਂ ਪਿਆ, ਵਿਅਰਥ ਗਈ। ਹਾਂਜੀ, ਉਹਨਾਂ ਨੇ ਸਾਨੂੰ ਆਜ਼ਾਦ ਕੀਤਾ ਸੀ ਕਿ ਅਸੀਂ ਉਹਨਾਂ ਦੇ ਅੱਗੇ ਉਹਨਾਂ ਦੇ ਰੂਲਸ 'ਤੇ ਚੱਲੀਏ, ਬਟ ਉਹਨਾਂ ਦੀ ਆਜ਼ਾਦੀ ਦਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਲਤ ਮਿਸਯੂਜ਼ ਜਾਂ ਲੁਕਸ ਜਾਂ ਘੁੰਮਣਾ ਫਿਰਨਾ ਗੇੜੀਆਂ ਹੀ ਕੁਛ ਰਹਿ ਗਿਆ। ਕੀ ਨਾਮ ਹੈ? ਮਨਪ੍ਰੀਤ। ਮਨਪ੍ਰੀਤ, ਜਿਵੇਂ ਇਹਨਾਂ ਨੇ ਕਿਹਾ ਕਿ ਜਿਸ ਆਜ਼ਾਦੀ ਸਾਨੂੰ ਦਵਾਉਣ ਦੇ ਲਈ ਕਿ ਅਸੀਂ ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈ ਸਕੀਏ, ਉਹ ਆਜ਼ਾਦੀ ਦਵਾਉਣ ਦੇ ਲਈ ਸ਼ਹੀਦ ਭਗਤ ਸਿੰਘ ਜਿਹੜਾ ਫਾਂਸੀ ਚੜ ਗਿਆ, ਪਰ ਉਸ ਆਜ਼ਾਦੀ ਦਾ ਅੱਜ ਮਾਇਨੇ ਹੀ ਬਦਲ ਗਏ ਨੇ, ਉਸ ਆਜ਼ਾਦੀ ਦਾ ਅੱਜ ਮਿਸਯੂਜ਼ ਕੀਤਾ ਜਾ ਰਿਹਾ। ਹਾਂਜੀ, ਮਿਸਯੂਜ਼ ਤਾਂ ਹੈ ਹੀ ਆ। ਅੱਜ ਕੱਲ੍ਹ ਮੁੰਡੇ ਸਿਰਫ ਮਤਲਬ ਰਿਲੇਸ਼ਨ ਹੋ ਗਿਆ ਕੁੜੀਆਂ ਪਿੱਛੇ, ਹੈ ਨਾ, ਕੁੜੀਆਂ ਨੂੰ ਵੀ ਇੰਨੀ ਖੁੱਲ੍ਹ ਨਹੀਂ ਹੈਗੀ। ਇੱਕ ਕਹਿਣ ਦਾ ਮਤਲਬ ਆ ਕਿ ਆਪਾਂ ਨੂੰ ਖੁੱਲ੍ਹ ਹੈਗੀ ਆ, ਬਟ ਇੰਨੀ ਨਹੀਂ ਹੈਗੀ। ਕਿਤੇ ਨਾ ਕਿਤੇ ਫਿਰ ਵੀ ਦੇਖਣਾ ਪੈਂਦਾ ਆ ਕਿ ਬਾਹਰ ਨਿਕਲਣ ਲੱਗੇ ਜਾਂ ਅੰਦਰ। ਇਹ ਸ਼ਹੀਦ ਭਗਤ ਸਿੰਘ ਦੇ ਸੌਂਗ ਆ ਗਏ, ਮੁੰਡੇ ਲਾ ਕੇ ਦਿਖਾਵਾ ਕਰਦੇ ਨੇ, ਪਰ ਅੰਦਰੋਂ ਉਹਨਾਂ ਦੇ ਦਿਲ 'ਚ ਇਹੋ ਜਿਹਾ ਕੁਛ ਨਹੀਂ ਹੈਗਾ। ਹਾਂਜੀ, ਅਸੀਂ ਦੇਖਦੇ ਹਾਂ ਕਿ ਕਿਰਦਾਰ ਤਾਂ ਸ਼ਹੀਦ ਭਗਤ ਸਿੰਘ ਦਾ ਹਰ ਕੋਈ ਨਿਭਾਉਣਾ ਚਾਹੁੰਦਾ ਹੈ, ਪਰ ਉਹ ਕਿਰਦਾਰ ਸਿਰਫ ਕੱਪੜਿਆਂ ਤੱਕ ਹੀ ਸੀਮਿਤ ਰਹਿ ਗਿਆ। ਹਾਂਜੀ, ਉਹ ਦਿਲਾਂ 'ਚ ਨਹੀਂ ਹੈਗਾ ਅੱਜ ਕੱਲ੍ਹ, ਕਿਸੇ ਦੇ ਵੀ ਨਹੀਂ ਹੋ ਸਕਦਾ, ਸੋਚ ਨਹੀਂ ਹੈਗੀ ਉਵੇਂ ਦੀ, ਨਹੀਂ ਮਿਲ ਸਕਦੀ ਉਵੇਂ ਦੀ ਸੋਚ। ਤਰੀਕੇ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਕੁੜੀਆਂ ਦੇ ਪ੍ਰਤੀ ਸੋਚ ਸੀ, ਅੱਜ ਦੀ ਨੌਜਵਾਨ ਪੀੜ੍ਹੀ ਦੀ ਕੁੜੀਆਂ ਪ੍ਰਤੀ ਸੋਚ ਉਵੇਂ ਦੀ ਬਿਲਕੁਲ ਵੀ ਨਹੀਂ ਹੈ? ਨਹੀਂ, ਬਹੁਤ ਘੱਟ ਹੈਗੇ ਨੇ, ਮਤਲਬ ਸਾਰੀ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਬਟ ਫਿਰ ਵੀ ਕਿਤੇ ਨਾ ਕਿਤੇ ਨਹੀਂ ਹੈਗੀ, ਮਿਲਦੀ ਨਹੀਂ ਸੋਚ ਉਹਨਾਂ ਦੀ। ਮੰਨਦੇ ਹੋ ਕਿ ਜੋ ਸੋਚ ਕੇ ਸ਼ਹਾਦਤ ਦੇ ਦਿੱਤੀ ਸੀਗੀ ਉਹ ਲੋੜ ਨਹੀਂ ਸੀਗੀ, ਅੱਜ ਦੀ ਪੀੜ੍ਹੀ ਜਿਹੜੀ ਆ ਉਹ ਡਿਜ਼ਰਵ ਨਹੀਂ ਕਰਦੀ? ਹਾਂਜੀ, ਨਹੀਂ ਕਰਦੀ ਸੀ। ਉਦੋਂ ਉਹਨਾਂ ਨੇ ਉਵੇਂ ਦਾ ਟਾਈਮ ਸੀਗਾ, ਉਹਨਾਂ ਨੇ ਸ਼ਹਾਦਤ ਦਿੱਤੀ, ਪਰ ਸ਼ਹਾਦਤ ਦਿੱਤੀ ਤਾਂ ਸਾਰੇ ਭੁੱਲ ਗਏ। ਹਾਂਜੀ, ਕੱਲ੍ਹ ਨੂੰ ਦੇਖ ਲਓ ਤੁਸੀਂ ਆਪ ਹੀ, ਹੈ ਨਾ, ਸਾਰੇ ਬਹੁਤ ਉਹ ਕਰਨਗੇ ਵੀ ਹਾਂ ਸ਼ਹੀਦ ਭਗਤ ਸਿੰਘ ਦਾ ਇਹ ਸਟੇਟਸ ਵੋ, ਪਰ ਦਿਲਾਂ 'ਚ ਕੁਛ ਨਹੀਂ ਹੋਊਗਾ, ਉਹ ਸਾਰਾ ਕੁਛ ਫਿਰ ਉਵੇਂ ਦਾ ਉਵੇਂ ਹੀ ਆ। ਜਨਮ ਦਿਨ, ਸ਼ਹੀਦੀ ਦਿਹਾੜੇ 'ਤੇ 3 ਦਿਨ ਯਾਦ ਕਰਨ ਰਹਿ ਜਾਂਦੇ ਆ, ਬਾਕੀ 363 ਦਿਨ ਜਿਹੜੇ? ਹਾਂਜੀ, ਉਹ ਐਜ਼ ਅ ਸਟੇਟਸ ਹੀ ਆ ਬਸ। ਹਾਂਜੀ, ਕੀ ਨਾਮ ਹੈ? ਮਹਿਨਾਜ਼। ਮਹਿਨਾਜ਼, ਅੱਜ ਸ਼ਹੀਦ ਭਗਤ ਸਿੰਘ ਮਹਿਜ਼ ਇੱਕ ਸਟੇਟਸ ਬਣ ਕੇ ਰਹਿ ਗਿਆ। ਬਿਲਕੁਲ, ਉਹ ਵੀ ਸਾਰੇ ਸਾਲ ਹੀ ਨਹੀਂ? ਨਹੀਂ, ਸਿਰਫ ਜਸਟ ਉਹਨਾਂ ਦਾ ਜਦੋਂ ਸ਼ਹੀਦੀ ਦਿਵਸ ਆਉਂਦਾ ਉਦੋਂ ਸਾਰਿਆਂ ਨੂੰ ਯਾਦ ਆ ਜਾਂਦਾ ਕਿ ਹਾਂ ਕਿ ਸ਼ਹੀਦ ਭਗਤ ਸਿੰਘ ਨੇ ਕੁਛ ਦੇਸ਼ ਲਈ ਕੀਤਾ ਸੀ। ਅਦਰਵਾਈਜ਼ ਕੋਈ ਨਹੀਂ ਯਾਦ ਕਰਦਾ ਕਿ ਉਹਨਾਂ ਨੇ ਕੀ ਕੀਤਾ। ਜੇ ਯਾਦ ਕਰਦੇ ਵੀ ਹਾਂ ਸਿਰਫ ਫੋਟੋਜ਼ 'ਤੇ ਜਾਂ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਸ਼ੋਅ ਕਰਨ ਲਈ, ਦੱਸ ਇਟ। ਉਸ ਅੱਜ ਦੇ ਨੌਜਵਾਨ ਦੀ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਨੌਜਵਾਨਾਂ 'ਚ ਸ਼ਹੀਦ ਭਗਤ ਸਿੰਘ ਦੀ ਥੋੜ੍ਹੀ ਬਹੁਤੀ ਵੀ ਦਿੱਖ ਨਜ਼ਰ ਆਉਂਦੀ ਹੈ? ਬਹੁਤ ਰੇਅਰ ਟੂ ਰੇਅਰੈਸਟ, ਬਹੁਤ ਹੀ ਜ਼ਿਆਦਾ ਘੱਟ। ਮਤਲਬ ਜੇ ਦੇਖੇਗਾ ਤਾਂ ਲੁੱਕ ਵਾਈਜ਼ ਹੋਏਗਾ ਜਾਂ ਕਿਸੇ ਨੂੰ ਦੱਸਣ ਲਈ ਉਹ ਸੋਚ ਹੋਏਗੀ, ਬਟ ਐਕਚੁਅਲ 'ਚ ਸੋਚ ਕੁਛ ਹੋਰ ਹੋਏਗੀ। ਅੱਜ ਕੱਲ੍ਹ ਤਾਂ ਮੁੰਡਿਆਂ ਲਈ ਸਿਰਫ ਬਸ ਇਹ ਚੀਜ਼ ਹੈ ਕਿ ਹਾਂ ਸ਼ੋਸ਼ਾ, ਮੁੱਛਾਂ ਸਿਰਫ ਟੋਹਰੋ ਵਾਸਤੇ ਨੇ, ਐਕਚੁਅਲ 'ਚ ਉਹਨਾਂ ਦਾ ਮਤਲਬ ਨਹੀਂ ਪਤਾ ਕਿਆ ਹੈ। ਸ਼ਹੀਦ ਭਗਤ ਸਿੰਘ ਸਿਰਫ ਇੱਕ ਦਿਖਾਵਾ ਉਹਨਾਂ ਦੇ ਲਈ ਬਣ ਕੇ ਰਹਿ ਗਿਆ ਜੀ। ਬਿਲਕੁਲ ਬਿਲਕੁਲ, ਦਿਖਾਵਾ ਹੀ ਆ ਉਹਨਾਂ ਲਈ। ਪੰਜਾਬ ਜਿੱਥੇ ਅੱਜ ਅਸੀਂ ਖੜ੍ਹੇ ਹਾਂ, ਜਿਸ ਤਰੀਕੇ ਦਾ ਪੰਜਾਬ ਦਾ, ਜਿਸ ਤਰੀਕੇ ਦੇ ਦੇਸ਼ ਦਾ ਸੁਪਨਾ ਸਿਰਜਿਆ ਸੀ, ਕਿ ਸਰਕਾਰਾਂ ਉੱਦਾਂ ਦਾ ਮਾਹੌਲ ਸਾਨੂੰ ਮੁਹੱਈਆ ਕਰਵਾਉਣ 'ਚ ਸਫਲ ਹੋ ਪਾਈਆਂ? ਨਹੀਂ, ਸਰਕਾਰਾਂ ਵੀ ਨਹੀਂ ਹੋਈਆਂ, ਸਭ ਕੁਛ ਸਰਕਾਰਾਂ ਖੁਦ ਮਿਲੀਆਂ ਹੋਈਆਂ, ਸਭ ਕੁਛ ਉਲਟਾ ਆ। ਪੰਜਾਬ ਕਿੱਥੇ ਸੀ, ਪੰਜਾਬ ਕਿੱਥੇ ਤੋਂ ਕਿੱਥੇ ਆ ਚੁੱਕਿਆ, ਸਭ ਕੁਛ ਉਲਟਾ ਹੋ ਰਿਹਾ। ਬਿਲਕੁਲ, ਬਹੁਤ ਜ਼ਿਆਦਾ ਅਨਇੰਪਲੋਇਮੈਂਟ, ਨਸ਼ੇ ਤਾਂ ਹੱਦੋਂ ਵੱਧ ਹੋ ਰੱਖੇ ਆ। ਨਸ਼ੇ ਇੰਨੇ ਜ਼ਿਆਦਾ ਹੋ ਰੱਖੇ ਕਿ ਘਰ ਘਰ 'ਚ ਨੌਜਵਾਨ ਸਾਰੇ ਨਸ਼ਿਆਂ 'ਤੇ ਲੱਗੇ ਹੋਏ ਆ, ਉੱਤੇ ਕੋਈ ਮਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਘਰ 'ਤੇ ਆਪਣੇ ਘਰਦਿਆਂ 'ਤੇ ਵੀ ਹੱਥ ਚੱਕਦਾ ਆ ਫੋਰ ਮਨੀ ਐਂਡ ਆਲ, ਬਹੁਤ ਜ਼ਿਆਦਾ। ਸ਼ੁਕਰੀਆ। ਸੋ ਬਿਲਕੁਲ, ਇਹਨਾਂ ਨੇ ਸੱਚੀਆਂ ਗੱਲਾਂ ਕਹੀਆਂ ਕੁੜੀਆਂ ਨੇ ਕਿ ਜਿਸ ਤਰ੍ਹਾਂ ਦੇ ਭਗਤ ਸਿੰਘ ਦਾ ਜਿਸ ਤਰ੍ਹਾਂ ਦਾ ਸੁਪਨਾ ਸੀ, ਪਰ ਜਿਸ ਤਰ੍ਹਾਂ ਦਾ ਭਗਤ ਸਿੰਘ ਸੀ ਉਹ ਨੌਜਵਾਨ ਅੱਜ ਵੀ ਬਣਦੇ ਨੇ, ਪਰ ਸਿਰਫ ਬਾਹਰੋਂ ਬਾਹਰ ਪਹਿਰਾਵੇ ਤੱਕ ਨੌਜਵਾਨਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਸੀਮਿਤ ਰਹਿ ਗਿਆ ਹੈ। ਇਸ ਤੋਂ ਅੱਗੇ ਜੇਕਰ ਗੱਲ ਸੋਚ ਦੀ ਕੀਤੀ ਜਾਵੇ, ਜਜ਼ਬੇ ਦੀ ਕੀਤੀ ਜਾਵੇ, ਉਸ ਕ੍ਰਾਂਤੀਕਾਰੀ ਸੋਚ ਦੀ ਕੀਤੀ ਜਾਵੇ, ਤਾਂ ਉਹ ਕਿਤੇ ਵੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਸੋ ਅੱਜ ਸ਼ਹੀਦ ਭਗਤ ਸਿੰਘ ਯਾਦ ਰਹਿ ਗਿਆ ਹੈ, ਤਾਂ ਸਿਰਫ 2-3 ਦਿਨ ਜਦੋਂ ਉਹਨਾਂ ਦੇ ਜਿਹੜੇ
ਬੁੱਤ ਨੇ ਉਹਨਾਂ ਦੇ ਉੱਪਰ ਮਾਲਾ ਪਹਿਨਾ ਕੇ ਅਤੇ ਜਿਹੜੀ ਹੈ ਸ਼ਰਧਾਂਜਲੀ ਦੇ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਹੈ ਉਹ ਕਦੇ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਨਹੀਂ ਕੀਤਾ ਜਾਂਦਾ। ਇਹ ਹਾਲ ਸਿਰਫ ਨੌਜਵਾਨਾਂ ਦਾ ਨਹੀਂ ਹੈ ਬਲਕਿ ਹਾਲ ਸਾਡੀਆਂ ਸਰਕਾਰਾਂ ਦਾ ਹੈ ਅਤੇ ਬੜੀ ਤਰਾਸਦੀ ਹੈ ਕਿ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਵੀ ਸਿਰਫ ਵੋਟਾਂ ਵੇਲੇ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੀਆਂ ਨੇ। ਉਸ ਤੋਂ ਇਲਾਵਾ ਜਿਹੜਾ ਹੈ ਨਾ ਤਾਂ ਸ਼ਹੀਦ ਭਗਤ ਸਿੰਘ ਨੂੰ ਅਤੇ ਨਾ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਂਦਾ ਹੈ। ਅੱਜ ਤੋਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।